ਸਰ ਕੀ ਮਾਮਲਾ ਕੀ ਹੈ ਕਿ ਜਿਹੜਾ ਅੱਜ ਇਹ ਅਸੀਂ ਦੋ ਅਸੀਂ ਵਿਅਕਤੀ ਕਾਬੂ ਕੀਤੇ ਨੇ ਜੋ ਇੱਕ ਅਵਿਨਾਸ਼ ਮਿਸ਼ਰਾ ਅਤੇ ਇੱਕ ਕਰਨ ਪਟੇਲ ਹੈ ਜੋ ਅਸੀਂ ਇਹਨਾਂ ਨੂੰ 186 ਨੰਬਰ ਮੁਕੱਦਮੇ 'ਚ 143/24 1/24 ਅਤੇ 4/24 ਵਿੱਚ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਨੇ ਕਾਫੀ ਜ਼ਿਆਦਾ ਇੱਥੇ ਖੋਹਾਂ ਦੀ ਵਾਰਦਾਤਾਂ ਕੀਤੀਆਂ ਨੇ ਜੋ ਸਾਡੇ ਕੋਲ ਇਸ ਟਾਈਮ 13 ਵਾਰਦਾਤਾਂ ਮੰਨ ਗਏ ਨੇ ਅਤੇ ਹਜੇ ਵੀ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਹ ਹੋਰ ਵੀ ਇਹਨਾਂ ਨੇ ਕਾਫੀ ਫਗਵਾੜੇ ਦੇ ਏਰੀਏ ਵਿੱਚ ਗਰਾਈਂ ਦੇ ਏਰੀਏ ਵਿੱਚ ਕਾਫੀ ਲੁੱਟ ਖਾਹਾਂ ਕੀਤੀਆਂ ਨੇ ਮੋਬਾਈਲ ਸਨੈਚਿੰਗ ਕੀਤੀਆਂ ਨੇ ਜਿਸ ਸੰਬੰਧੀ ਤਫਤੀਸ਼ ਸਾਡੀ ਜਾਰੀ ਹੈ ਅਤੇ ਇਹਨਾਂ ਤੋਂ ਬਰਾਮਦਗੀ ਵੀ ਕੀਤੀ ਜਾਊਗੀ ਸਰ ਪਹਿਲਾਂ ਵੀ ਕੋਈ ਹੈ ਇਹਨਾਂ ਦੇ ਹਾਂਜੀ ਇਹਨਾਂ ਖਿਲਾਫ਼ ਮੁਕੱਦਮੇ ਚੱਲ ਰਹੇ ਨੇ ਇਹਨਾਂ ਖਿਲਾਫ਼ ਟੋਟਲ ਇੱਥੇ ਮੁਕੱਦਮੇ ਹੁਣ ਸਾਡੇ ਕੋਲ ਜਿਹੜੇ ਨਾਮ ਜਿਹੜੇ 86/24 143/24 1/24 4/24 ਅਤੇ ਬਾਕੀ ਵੀ ਅਸੀਂ ਪਤਾ ਕਰਵਾ ਰਹੇ ਹੋਰ ਕਿਹੜੀ ਥਾਵਾਂ 'ਤੇ ਇਹਨਾਂ ਦੇ ਪਰਚੇ ਦਰਜ ਨੇ ਇੱਕ ਅਸੀਂ ਹੋਰ ਇੱਥੇ ਇਸ 'ਚ ਇੱਕ ਸੁਖਵਿੰਦਰ ਕੁਮਾਰ ਹਨੀ ਅਸੀਂ ਗ੍ਰਿਫਤਾਰ ਕੀਤਾ ਆ ਜੋ ਇੱਥੇ ਕਾਫੀ ਜ਼ਿਆਦਾ ਮਤਲਬ ਕਿ ਚੋਰੀਆਂ ਦੇ ਮੋਬਾਈਲ ਮੋਬਾਈਲ ਵੇਚਤਾ ਸੀ ਜੋ ਇਹ ਆਪਣੀ ਗੱਡੀ ਵਿੱਚ ਘੁੰਮ ਰਿਹਾ ਸੀ ਜਿੱਥੇ ਜਾਲੀ ਨੰਬਰ ਲਗਾਏ ਪਏ ਸੀ ਇਹਨੇ ਅਤੇ ਹਰ ਰੋਜ਼ ਇੱਥੇ ਮਤਲਬ ਕੁਛ ਨਾ ਕੁਛ ਕਰਨ ਆਉਂਦਾ ਸੀ ਜਿਸ ਨੂੰ ਅਸੀਂ ਕਾਬੂ ਕਰਕੇ ਇਹਦੇ ਪਰਚਾ ਦਰਜ ਕਰ ਦਿੱਤਾ ਹੈ ਅਤੇ ਇਹ ਤੋਂ 3 ਮੋਬਾਈਲ ਵੀ ਬਰਾਮਦ ਕੀਤੇ ਨੇ ਅਤੇ ਇਸ ਤੋਂ ਹੋਰ ਵੀ ਪੁੱਛਗਿੱਛ ਚੱਲ ਰਹੀ ਹੈ ਅਤੇ ਹੋਰ ਵੀ ਜੇ ਬਰਾਮਦਗੀ ਹੋਣੀ ਤਾਂ ਦੱਸਿਆ ਜਾਊ ਸਰ ਪਤਾ ਚੱਲਿਆ ਕਿੱਥੇ ਦਾ ਰਹਿਣ ਵਾਲਾ ਕੁਛ ਇਹ ਜਿਹੜਾ ਹਨੀ ਹੈ ਜੀ ਇਹ ਰਹਿਣ ਵਾਲਾ ਇੱਥੇ ਕਾਂਸੀ ਨਗਰ ਦਾ ਹੈ ਜੀ ਮੇਟਾ ਕੋਲ ਜਿਹੜਾ ਹੈ ਥੈਂਕ ਯੂ